जी अस्सलाम वालेकुम वीरो, की हाल चाल है? होर सुनाओ सब ठीक है? वीरो ताडा अपना वीर शाहिद हुसैन ताडी खिदमत च फिर हाजिर आ। ते माशाल्लाह मंडी अमीनपुर बंगला च मौजूद हाँ। तो माशाल्लाह सोहने ते और खूबसूरत जानवर मंडी च आए ने। ते माशाल्लाह आ एक घोड़ी बड़ी खूबसूरत नज़र आई है, पुट्ठा शुट्ठा बड़ा डबल वेटा च घोड़ी आ। ते इहदे बारे मालकां नाल गल्लबात करने आ वी इहदा की सीन आ, किन्नी उम्र है ते किन्ना कद है ते की हिसाब किताब है। तेनू की है, तेरे को डर आंदा है? अज खावर नू डर आ गया जी साडे को। जी अस्सलाम वालेकुम जी। वालेकुम सलाम जनाब। जी वीर जी की हाल है? बस ठीक ठाक। होर सुनाओ सब ठीक है? मेहरबानी जी। ये दसो भी आ घोड़ी दी उम्र किन्नी है? उम्र हुण 4 साल जी। 4 साल? दुआक 4 है जी। दुआक 4? हां जी। ते इहदा कद की है? इहदा कद उधर परले चढ़न थोड़ा जी। कद 62 इंच जनाब। 62 इंच? हां जी। बस बशीर जी गवांडी अपना। ਇਹਦੇ ਪੈਸੇ ਕਿੰਨੇ ਮੰਗਦੇ ਜੀ? 10 ਲੱਖ ਰੁਪਏ ਜੀ। ਚੈੱਕ ਕਰਾ ਕੇ ਦੇਣੀ ਹਮਲਾ ਗੋੜੀ ਹੈ। ਅੱਛਾ, ਹਾਂਜੀ। ਨੰਬਰ ਬੋਲ ਫਿਰ ਆਪ। ਇਹ ਤੰਤਪੂਰਾ 49 38 772। ਇਹ ਖਬਰ ਥੋੜਾ ਜਿਹਾ ਇਹਨੂੰ ਤੋਰੀ ਪਰਨ ਮਾਰ। ਹਾਂ ਤੋਰੋ ਜੀ। ਉਹਦਾ ਦੱਸੋ। ਅਗਲੇ ਦਿਨ ਮੇਲਾ ਖਬਰ ਨੇ ਸਾਨੂੰ ਵਿਚੇਰਾ ਨਹੀਂ ਦਿੱਤਾ। ਵੇਚ ਛੜਿਆ ਸਾਨੂੰ ਨਹੀਂ ਤੁਸੀਂ ਦਿੱਤਾ। ਆ ਫਿਰ ਉਧਰ ਕਿੱਧਰ ਚਲੇ? ਚੱਲ ਖਬਰ ਆ, ਕਿਹੜੇ ਨੀ ਬਾਕੀ ਆਪਣੇ? ਚੱਲ ਆ ਫੜ ਫਿਰ, ਆ ਲੈ ਲੰਬਾ ਹੱਥ ਕਰ। ਅੱਜ ਬਹਿਣਾ ਪੈ ਗਿਆ ਸਾਨੂੰ ਵੀ, ਸਾਡਾ ਕੈਮਰਾ ਹੁੰਦਾ ਤਾਂ ਖਲੋ ਜਾਂਦਾ। ਹਾਂਜੀ ਖਬਰ ਹੀ ਆ, ਥੋੜ੍ਹਾ ਜਿਹਾ ਇੱਧਰ ਹੋਏ ਨਾ, ਥੋੜ੍ਹਾ ਜਿਹਾ ਆਪ ਤਾਂ ਇੱਧਰ ਹੋਏ, ਇਹ ਇੱਥੇ ਜਾਨਵਰ ਨਜ਼ਰ ਆਉਂਦੇ। ਹਾਂਜੀ ਖਬਰ ਹੀ ਆ, ਤਾਂ ਇਹ ਕੀ ਆ, ਗੋੜੀ ਹੈ ਕਿ ਗੋੜਾ? ਇਹ ਜੀ ਗੋੜੀ ਹੈ। ਉਮਰ ਕਿੰਨੀ ਹੋ? ਉਮਰ ਜੀ 4 ਸਾਲ। 4 ਸਾਲ? ਤੇ ਕੱਦ ਇਹਦੇ ਕੋ ਕੀ ਹੋ? ਕੱਦ ਇਹਦਾ ਹੈ ਜੀ 59 ਇੰਚ। 59 ਇੰਚ ਹੈ? ਤੋ ਕ੍ਰਾਸ ਕਰੂਸ ਹੋਈ ਹੋ ਕਿ ਕੋਈ ਨਾ? ਨਹੀਂ ਕ੍ਰਾਸ ਤਾਂ ਨਹੀਂ ਹੋਈ, ਤੇ ਪਰ 2 ਸੂਏ ਸੋਈ ਹੈ। ਹਾਂ, ਇਹ ਤਾਂ ਨੁਸਰੇ ਵਿਛੜੇ ਜਾਈਏ ਸੀ, ਪਿੱਛੇ ਮੋੜ 2 ਵਿਛੜੇ ਜਾਈਏ ਸੀ ਮਾਲ ਤੇ। ਅੱਛਾ, ਦੋ ਨੁਸਰੇ ਵਿਛੜੇ ਜਾਈਏ। ਗੱਪਣਾ ਖਾਲੀ ਕੀ ਹੈ? ਖਾਲੀ ਹੈ ਜੀ। ਖਾਲੀ ਹੈ? ਕ੍ਰਾਸ ਕਰੂਸ ਦੀ ਕੋਈ ਨਹੀਂ ਪਤਾ? ਅਨੇ ਕ੍ਰਾਸ ਪੁਆਇੰਟ ਕਰਾ ਜੀ ਆਪਣੀ ਆਲੀ ਸਵਾਰੀ ਹੈ। ਅੱਛਾ ਅੱਛਾ, ਹਾਂਜੀ। ਤੇ ਇਹ ਸਵਾਰੀ ਸੂਰੀ ਤੇ ਕਿਦਾਂ ਹੈ? ਚੰਦੀ ਜੀ 4 ਬਾਰ ਟੋਲਾ ਟੁੱਲਦੀ ਹੈ ਜੀ। ਤੇ ਪੈਸੇ ਇਹਦੇ ਕਿੰਨੇ ਮੰਗਣੇ? ਪਾਸ ਪੁਆਇੰਟ ਜੀ 4.5 ਲੱਖ ਰੁਪਏ। 4.5 ਲੱਖ ਰੁਪਏ? ਖਬਰ ਆਓ ਕੀ ਅਗਲੇ ਤੇ ਚੱਲੇ? ਨੁਕਰੀ ਵਿਛੇਰੀ ਹੈ ਜੀ। ਨੁਕਰੀ ਵਿਛੇਰੀ ਹੈ? ਹਾਂਜੀ। ਬਸ ਖਬਰ ਇਹੀ ਆਦ ਕੋ ਨੁਕਰੀ ਵਿਛੇਰੀ ਆ। ਚਲੋ ਜੀ, ਇੱਥੇ ਖਲੋਣਾ ਪੈਣਾ ਵਾ, ਜਗ੍ਹਾ ਇਸ ਤਰ੍ਹਾਂ ਦੀ ਹੈ। ਇਹਦੀ ਉਮਰ ਕਿੰਨੀ ਹੋ? ਇਹਦੀ ਉਮਰ ਹੈ ਜੀ 14 ਮਹੀਨੇ। 14 ਮਹੀਨੇ? ਹਾਂਜੀ। ਤੇ ਇਹ ਕਿਹਦੀ ਬੱਚੀ ਆ? ਇਹ ਬਾਦਲ ਦੀ ਬੱਚੀ ਹੈ ਜੀ। ਕਿਹਦੇ? ਬਾਦਲ ਦੀ। ਬਾਦਲ? ਹਾਂਜੀ। ਇਹਦੇ ਪੈਸੇ ਕਿੰਨੇ ਮੰਗਣੇ? ਇਹਦੇ ਪੈਸੇ ਜੀ ਮਨਿੰਦੇ 9 ਲੱਖ। 9 ਲੱਖ ਰੁਪਈਆ? ਅੱਗੇ ਆ ਜਾ ਖਬਰ ਹੀ ਆ। ਖਬਰ ਹੀ ਆ ਤਾਂ ਡੁਪਕੇਟ ਕੀ ਹੈ ਥੱਲੇ? ਅੱਛਾ, ਇਹਦੀ ਉਮਰ ਕੀ ਹੈ ਜੀ? ਇਹਦੀ ਉਮਰ ਹੈ ਜੀ 15 ਮਹੀਨੇ। ਇਹ ਕੀ ਆ, ਵਿਛੇਰੀ ਕਿ ਵਿਛੇਰਾ? ਇਹ ਵਿਛੇਰੀ ਹੈ ਜੀ। 15 ਮਹੀਨੇ ਉਮਰ? ਹਾਂ। ਪਿਓਰ ਮੋਲ ਨਹੀਂ ਨਾਉਣਾ ਹੀ ਤਾਂ ਨਹੀਂ ਨਾ ਹੈ ਜੀ। 58 ਇੰਚ? 58 ਇੰਚ? ਤੇ ਪੈਸੇ ਇਹਦੇ ਕਿੰਨੇ ਨੇ? ਇਹਦੇ ਪੈਸੇ ਜੀ 4.5 ਲੱਖ। 4.5 ਲੱਖ ਰੁਪਈਆ? ਤੇ ਅਗਲਾ ਬਰਾਲਾ ਨੇ ਫੋਨ ਦੀ ਹੈ ਜੀ। ਕੱਕੇ ਬਰਾਲਾ ਨੇ ਦੀ? ਹਾਂਜੀ। ਉਹ ਵੇਖੀ ਉਹ ਖਬਰ? ਮੈਂ ਝੂਠ ਨਹੀਂ ਬੋਲਦਾ ਪਿਆ ਜੀ, ਇਹ ਬੜੀ ਨਸਲ ਚੰਗੀ ਦੀ ਹੈ ਜੀ, ਇਹਨਾਂ ਮਾਂ ਪਿਓ ਬਹੁਤ ਬੜਾ ਡਾਲਾ ਹੈ ਜੀ। ਉਹ ਮੈਂ ਤੈਨੂੰ ਇੱਕ ਗੱਲ ਦੱਸਾਂ, ਕਈ ਬੰਦੇ ਫਿਰ ਇਸ ਗੱਲ ਤੇ ਵੀ ਸਾਡੇ ਨਾਲ ਬਹਿਸ ਵੈਸਾ ਕਰਦੇ ਨੇ ਵੀ ਇਹ ਜਿਹੜਾ ਕੱਕਾ ਜਾਨਵਰ ਉਹ ਕੱਕੇ ਬਰਾਲਾ ਵਾਲੇ ਦਾ ਹੋ ਗਿਆ, ਜਿਹੜਾ ਇਹ ਆਵਾਂ ਦੀ ਆਏ, ਜਿਹੜਾ ਨੁਕਰਾ ਹੋ ਗਿਆ ਉਹ ਜ਼ੁਲੇ ਸਿਆਲ ਵਾਲੇ ਦਾ ਹੋ ਗਿਆ। ਹਾਂ, ਇਹ ਆਂਦੀ ਆਏ ਤੇ ਤਾਂ ਪੈਂਦਾ ਮਾਂ ਪਿਓ ਵੀ ਤਾਂ ਨਸਲ ਚਾਹ ਪਰਵਾਹ ਚੜ ਸਾਂ ਜਾਂ ਵਿਆਹ ਆਪਣੇ ਲਾਣੀ ਹੋਵੇ ਹਫਤਾ ਤਲੇ
ਆਪਾਂ ਜੀ ਸੱਤ ਨਸਲਾਂ ਦੇ ਫੋਟੋ ਸੈਂਡ ਕਰਦੇ ਸੱਤ ਨਸਲਾਂ ਦੇ ਹਾਂਜੀ ਇਹ ਮਾਂ ਨੇ ਪਿਓ ਦੇ ਸੱਤ ਨਸਲਾਂ ਦੇ ਮੁੰਡਾ ਫੋਟੋ ਸੈਂਡ ਕਰੇਗਾ ਜੀ ਅਸਾਂ ਤੇ ਬੰਦੇ ਐਵੇਂ ਆ ਛੱਡਦੇ ਨੇ ਫਰਾਣਾ ਤੱਤੇ ਬਰਾਣਾ ਦਾ ਫੋਂਦਾ ਕਰੰਟ ਚੈੱਕ ਪਾਲ ਇਹ ਆ ਕਰੰਟ ਚੈੱਕ ਇਹ ਰੋਣੇ ਸਿੱਧੇ ਨਹੀਂ ਵੀ ਮੈਂ ਕੱਕੇ ਬਰਾਲਾ ਵਾਲੀ ਦੀ ਇੱਥੇ ਆਣ ਕੇ ਮੰਡੀ ਚ ਵਿਕਣ ਰਹੀ ਹੈ ਇਹ ਮੈਂ ਦੱਸਦਾ ਜੀ ਉਸ ਬੰਦੇ ਆ ਨੰਬਰ ਦਾਰੋ ਸਾਡ ਤੋਂ ਲਿਆ ਨਸਲਾ ਵਿਸ਼ੇਰਾ ਸਾਧ ਨਾ ਠੀਕ ਹੈ ਉਸ ਤੋਂ ਮੈਂ ਵਿਸ਼ੇਰੀ ਦੇਣੀ ਹੈ ਹਾਂ ਵਿੱਚ ਵਿਸ਼ੇਰੀ ਲਈ ਅੱਛਾ ਅੱਛਾ ਇਹਦੀ ਮਾਂ ਪਿਓ ਦੇ ਕੋਲ ਖਲੋਤਾ ਹੈ ਆਪਣੇ ਦੋਰ ਜ਼ਰਾ ਹੀ ਜੀ ਹਾਂਜੀ ਅੱਛਾ ਅੱਛਾ ਮੈਂ ਕਿਹਾ ਉਹ ਕਈ ਵਾਰੀ ਹੋ ਜਾਂਦਾ ਨਾ ਵੀ ਉਹ ਆਂ ਦਿਨ ਬੰਦੇ ਆਂ ਦਿਨ ਬੇਟ ਸਰ ਆਂਦੇ ਤੁਸੀਂ ਸੱਚੇ ਅਸੀਂ ਤੇ ਗੱਲ ਕਰ ਦੇਣੀ ਹੁੰਦੀ ਅਸੀਂ ਕੱਲਾ ਮਾਫੀ ਤੇ ਕਿਹੜੇ ਖਬਰ ਸਾਹਿਬ ਕੇ ਕਿਸੇ ਦੇ ਕਾਣੇ ਆ ਜਾਂ ਕਿਸੇ ਕੋਈ ਕੋਈ ਚੀਜ਼ ਲੈਣੀ ਹੁੰਦੀ ਆਪਣਾ ਕੰਮ ਕਰੀਦਾ ਤੇ ਡੰਕੇ ਦੀ ਚੋਟ ਦੇ ਕਰੀ ਆਂਦੇ ਸਰ ਜੀ ਤੇ ਆ ਇਹਦਾ ਦੱਸ ਆ ਇਹਦਾ ਕੀ ਸੀ ਇਹ ਫੁੱਲਾ ਵਿਸ਼ੇਰਾ ਜੀ ਹਾਂਜੀ 18 ਮਿੰਦੀ ਨਿਊ ਬਾਲੇ ਜੀ ਹਾਂ 60 ਇੰਚ ਤਾਂ ਦੇ ਜੀ ਹਾਂ ਤੇ ਸਮਾਨ ਫੁੱਲਾ ਲੋੜਾ ਵਿਸ਼ੇਰਾ ਦੇ ਬਾਦ ਦੇ ਫੁੱਲਾ ਜੀ ਇਹਦੇ ਪੈਸੇ ਕਿੰਨੇ ਨੇ ਇਹਦੇ ਪੈਸੇ ਜੀ 4.5 ਲੱਖ ਸਾਡੇ 4 ਲੱਖ ਆਪਣਾ ਨੰਬਰ ਬੋਲ ਖਬਰ 0331386553 ਇਹਦਾ ਨੰਬਰ ਆ ਗਿਆ ਜੇ WhatsApp ਨੰਬਰ ਵੀ ਇਹਦਾ ਆਇਆ ਹੋਈ ਜੇ ਤੇ ਤੁਸੀਂ ਰابطਾ ਕਰ ਸਕਦੇ ਹੋ ਦੋਸਤੋ ਮੈਂ ਇੱਕ ਗੱਲ ਛੋਟੀ ਜੀ ਸ਼ੇਅਰ ਕਰਨਾ ਚਾਹੁੰਦਾ ਵਾਂ ਮੇਰੀ ਗੱਲ ਦਾ ਗੁੱਸਾ ਕਈ ਬੰਦੇ ਕਰ ਜਾਂਦੇ ਨੇ ਤੇ ਗੁੱਸਾ ਕਰਨ ਦੀ ਇਹਦੇ 'ਚ ਜ਼ਰੂਰਤ ਨਹੀਂ ਹੁੰਦੀ ਹੁਣ ਖਬਰ ਨੇ ਸਾਹਮਣੇ ਖਬਰ ਖਲੋਤਾ ਕਿਹੜਾ ਅੱਲਾ ਮਾਫੀ ਦਾ ਕਿਤੇ ਤੁਰ ਗਿਆ ਗੱਲ ਕੀਤੀ ਹੈ ਪਿੰਡ ਦੇ ਵਿੱਚ ਉਹਦੇ ਨਾਲ ਗੱਲ ਕੀਤੀ ਦੱਸਿਆ ਉਹਨੂੰ ਵੀ ਯਾਰ ਕੱਕੇ ਜਿਹੜੇ ਹੁੰਦੇ ਨੇ ਜਿਹੜਾ ਕੱਕਾ ਜੋ ਕੱਕੇ ਬਰਾਲਾ ਵਾਲੇ ਤੇ ਪਾ ਦਿੱਤਾ ਤੇ ਜਿਹੜਾ ਨੁਕਰਾ ਤੇ ਦੁੱਲੇ ਸਿਆਲ ਵਾਲੇ ਤੇ ਪਾ ਦਿੱਤਾ ਜਾਂ ਅਕਰਮ ਚੰਨ ਵਾਲੇ ਤੇ ਪਾ ਦਿੱਤਾ ਜਾਂ ਬਸ਼ੀਰ ਖੋਖਰ ਵਾਲੇ ਤੇ ਪਾ ਦਿੱਤਾ ਇੱਦਾਂ ਨਾ ਕਰਿਆ ਕਰੋ ਜਿੱਦਾਂ ਹੁੰਦਾ ਹੈ ਨਾ ਉਹਦਾ ਹੀ ਦੱਸਿਆ ਕਰੋ ਠੀਕ ਹੈ ਨਹੀਂ ਨਹੀਂ ਤੁਸੀਂ ਤਾਂ 7 ਨਸਲਾਂ ਤੱਕ ਆ ਕੇ ਵੀ ਅਸੀਂ ਗਿਣਾ ਸਕਦੇ ਹਾਂ ਤੇ ਦੋਸਤੋ ਥੋੜ੍ਹਾ ਜਿਹਾ ਪ੍ਰੇਜ਼ ਕਰੋ ਇਸ ਗੱਲ ਤੋਂ ਸੱਚ ਬੋਲੋ ਹੱਕ ਸੱਚ ਦੀ ਗੱਲ ਕਰੋ ਤੇ ਖੜਕ ਕੇ ਗੱਲ ਕਰੋ ਤੇ ਇਨਸ਼ਾਅੱਲਾ ਹਾਂ ਮੈਦਾਨ 'ਚ ਬਾਂਹ ਖੜੀ ਅੱਲਾ ਕਰ ਕੇ ਅੱਜ ਵੀ ਖੜੀ ਅੱਲਾ ਦੇ ਹੁਕਮ ਨਾਲ ਖੜੀ ਇਸ ਤੋਂ ਅਸੀਂ ਕਿਸੇ ਨਾ ਜਿਵੇਂ ਲੋਕ ਕਰਦੇ ਨੇ ਨਾ ਸਾਨੂੰ ਖਬਰ ਵੀ ਲੋਕ ਕਹਿੰਦੇ ਨੇ ਤੂੰ ਆਪਣਾ ਨਾ ਇੰਨੇ ਦਾ ਜਾਨਵਰ ਵੇਚ ਦੇ ਇੰਨੇ ਤੂੰ ਰੱਖ ਲਈ ਅਸੀਂ ਇਹਨੇ ਨਾ ਇਹ ਗੱਲ ਤਾਂ ਬਿਲਕੁਲ ਗਲਤ ਆ ਆ ਕਸਮ ਖਾਧਿਆ ਕਿਹੜਾ ਯਕੀਨ ਜਿਹਨੇ ਕਰਨਾ ਵੈਸੇ ਕਰ ਜਾਣਾ ਅੱਜ ਮੈਨੂੰ ਇੱਕ ਬੰਦੇ ਨੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਵੀਡੀਓ ਬਣਾਉਣ ਦੇ ਅੱਜ ਇੱਥੇ ਹੀ ਵੀਡੀਓ ਬਣੀ ਹੈ ਮੈਨੂੰ ਆਖਿਆ ਯਾਰ ਨਾ ਇਹ ਕੰਮ ਸਾਡੇ ਕੋਲ ਨਹੀਂ ਹੁੰਦਾ ਜਿਹੜੇ ਲੈਂਦੇ ਨੇ ਉਹਨਾਂ ਨੂੰ ਦਿਓ ਤੇ ਠੀਕ ਹੈ ਦੋਸਤੋ ਗੱਲਾਂ ਕੁਝ ਖਰੀਆਂ ਸੱਚੀਆਂ ਕੌੜੀਆਂ ਵੀ ਲੱਗਦੀਆਂ ਹੁੰਦੀਆਂ ਤੇ ਮਾਫੀ ਮੈਂ ਮੰਗ ਲੈਂਦਾ ਜੇ ਕਿਸੇ ਨੂੰ ਗੁੱਸਾ ਮੇਰੀ ਗੱਲ ਦਾ ਲੱਗੇ ਮਾਜ਼ਰਤ ਮੈਂ ਕਿ ਗੱਲਾਂ ਅਸੀਂ ਇਸ ਤਰ੍ਹਾਂ ਕਰਦੇ ਰਹਿਣਾ ਇਹ ਮਾਜ਼ਰਤ ਨਹੀਂ ਹੋਣੀ ਚਾਹੀਦੀ ਆ ਸਾਰੇ ਵਿੱਚ ਨਹੀਂ ਨਹੀਂ ਗੱਲ ਸੱਚ ਕਹਿਣ ਗੁੱਸਾ ਲੱਗੇ ਤੇ ਜਿਹੜੀ ਗੱਲ ਸੱਚੀ ਹੋਵੇ ਉਹਨੂੰ ਸੱਚੇ ਬੰਦੇ ਆ ਤੇ ਉਹਨੂੰ ਕਿਉਂ ਆ ਤੇ ਝੂਠ ਹੈ ਨਹੀਂ ਨਹੀਂ ਝੂਠ ਨੂੰ ਝੂਠ ਬੰਦੇ ਆਂਦੇ ਨਹੀਂ ਬਸ ਸੱਚ ਨੂੰ ਝੂਠ ਕਿਉਂ ਆ ਗੁੱਸਾ ਕਰ ਜਾਂਦੇ ਨੇ ਵੀ ਇਹ ਗੱਲਾਂ ਸੱਚੀਆਂ ਕਿਉਂ ਕਰਦੇ ਨੇ ਕਿਉਂ ਖਰੀਆਂ ਕਰਦੇ ਇਸ ਤੋਂ ਉਹਨਾਂ ਨੂੰ ਆਖੇ ਵੀ ਯਾਰ ਥੋੜਾ ਜਿਹਾ ਨਾ ਬਰਦਾਸ਼ਤ ਕਰਿਓ ਤੇ ਇਨਸ਼ਾਅੱਲਾ ਅਗਲੀ ਵੀਡੀਓ ਤੇ ਫੇਰ ਮਿਲਨੇ ਆ ਬਾਵਾ ਜੀ ਯਾਦ ਰੱਖਿਓ ਰੱਬ ਰੱਖ